ਹੈਲੋ ਦੋਸਤੋ ਵੈਲਕਮ ਬੈਕ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੜਾਂਗੇ ਕੱਪੜਿਆਂ ਨਾਲ ਸੰਬੰਧਿਤ ਕੁਝ ਵੋਕੇਬਲਰੀ ਵਰਡ ਤਾਂ ਚਲਿਏ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਵਰਡ ਹੈ ਕੱਪੜਿਆਂ ਨੂੰ ਧੋਣ ਲਈ ਜਦੋਂ ਅਸੀਂ ਭਿਜਣੇ ਪਾਉਂਦੇ ਹਾਂ ਉਹਨੂੰ ਅਸੀਂ ਇੰਗਲਿਸ਼ ਵਿੱਚ ਬੋਲਾਂਗੇ ਸੋਕਿੰਗ ਕਲੋਥਸ ਸੋਕਿੰਗ ਕਲੋਥਸ ਸਾਡਾ ਅਗਲਾ ਵਰਡ ਹੈ ਥਾਪੀ ਦੇ ਨਾਲ ਕੱਪੜੇ ਕੋਟ-ਕੋਟ ਕੇ ਧੋਣਾ ਉਹਨੂੰ ਇੰਗਲਿਸ਼ ਵਿੱਚ ਬੋਲਾਂਗੇ ਵਿਪਿੰਗ ਦਾ ਕਲੋਥਸ wiping the clothes ਸਾਡਾ ਅਗਲਾ ਵਰਡ ਹੈ ਕੱਪੜਿਆਂ ਨੂੰ ਰਗੜ ਰਗੜ ਕੇ ਧੋਣਾ ਜਾਂ ਫਿਰ ਮਲ ਮਲ ਕੇ ਹੱਥਾਂ ਨਾਲ ਧੋਣਾ ਉਹਨੂੰ ਇੰਗਲਿਸ਼ ਵਿੱਚ ਬੋਲਾਂਗੇ rubbing the clothes rubbing the clothes ਸਾਡਾ ਅਗਲਾ ਵਰਡ ਹੈ ਧੋਣ ਵਾਲੇ ਗੰਦੇ ਕੱਪੜੇ ਇਹਨਾਂ ਨੂੰ ਇੰਗਲਿਸ਼ ਵਿੱਚ ਬੋਲਦੇ ਆ ਲਾਂਡਰੀ laundry ਸਾਬਣ ਨੂੰ ਚੰਗੀ ਤਰ੍ਹਾਂ ਕੱਪੜਿਆਂ ਵਿੱਚੋਂ ਨਿਚੋੜ ਨਿਚੋੜ ਕੇ ਕੱਢਣਾ ਉਹਨੂੰ ਇੰਗਲਿਸ਼ ਵਿੱਚ ਬੋਲਦੇ ਆ squeeze out the soap squeeze out the soap ਕੱਪੜਿਆਂ ਨੂੰ ਨਚੋੜਨੇ ਨੂੰ ਇੰਗਲਿਸ਼ ਵਿੱਚ ਬੋਲਾਂਗੇ ਰਿੰਕ ਆਊਟ ਦਾ ਕਲੋਥਸ ਰਿੰਕ ਆਊਟ ਦਾ ਕਲੋਥਸ ਕੱਪੜਿਆਂ ਨੂੰ ਪਾਣੀ ਵਿੱਚ ਡਬੋ ਡੋ ਕੇ ਚੰਗੀ ਤਰ੍ਹਾਂ ਧੋਣਾ ਇਹਨੂੰ ਇੰਗਲਿਸ਼ ਵਿੱਚ ਬੋਲਦੇ ਆ ਰਿੰਸ ਥੋਰਲੀ ਬਾਈ ਡੀਪਿੰਗ ਦਾ ਕਲੋਥਿੰਗ ਇਨ ਦਾ ਵਾਟਰ rinse thoroughly by dipping the clothing in the water ਸਾਡਾ ਅਗਲਾ ਵਰਡ ਹੈ ਕੱਪੜਿਆਂ ਨੂੰ ਮਾਰ-ਮਾਰ ਕੇ ਧੋਣਾ ਜਾਂ ਫਿਰ ਕੁੱਟ-ਕੁੱਟ ਕੇ ਧੋਣਾ ਉਹਨੂੰ ਇੰਗਲਿਸ਼ ਵਿੱਚ ਬੋਲਦੇ ਆ ਰੈਕ ਦਾ ਕਲੋਥ ਰੈਕ ਦਾ ਕਲੋਥ ਕੱਪੜਿਆਂ ਨੂੰ ਸੁਕਾਉਣ ਲਈ ਜਦੋਂ ਅਸੀਂ ਤਾਰ ਤੇ ਲਟਕਾਉਂਦੇ ਆ ਉਹਨੂੰ ਇੰਗਲਿਸ਼ ਵਿੱਚ ਬੋਲਾਂਗੇ ਹੈਂਗ ਦਾ ਕਲੋਥਸ ਟੂ ਡਰਾਈ ਹੈਂਗ ਦਾ ਕਲੋਥਸ ਟੂ ਡਰਾਈ ਨੈਕਸਟ ਹੈ ਕੱਪੜਿਆਂ ਨੂੰ ਤਾਰ ਉੱਤੇ ਟੰਗਣਾ ਸੁਕਾਉਣ ਲਈ ਉਹਨੂੰ ਇੰਗਲਿਸ਼ ਵਿੱਚ ਬੋਲਦੇ ਆ ਹੈਂਗ ਅਪ ਦਾ ਕਲੋਥ ਹੈਂਗ ਅਪ ਦਾ ਕਲੋਥ ਨੈਕਸਟ ਹੈ ਤਾਰ ਤੇ ਜਿਹੜੇ ਕੱਪੜੇ ਸੁੱਕ ਜਾਂਦੇ ਆ ਜਦੋਂ ਉਹਨਾਂ ਨੂੰ ਉਤਾਰਦੇ ਆ ਤਾਂ ਉਹਨੂੰ ਇੰਗਲਿਸ਼ ਵਿੱਚ ਬੋਲਾਂਗੇ ਟੇਕ ਆਫ ਦਾ ਕਲੋਥ ਟੇਕ ਆਫ ਦਾ ਕਲੋਥ ਕੱਪੜਿਆਂ ਦੀ ਤੈਅ ਲਗਾਉਣ ਨੂੰ ਇੰਗਲਿਸ਼ ਵਿੱਚ ਬੋਲਦੇ ਆ ਫੋਲਡ ਦਾ ਕਲੋਥ ਫੋਲਡ ਦਾ ਕਲੋਥ ਕਪੜੇ ਪ੍ਰੈਸ ਕਰਨ ਨੂੰ ਇੰਗਲਿਸ਼ ਵਿੱਚ ਬੋਲਾਂਗੇ ਆਇਨਿੰਗ ਦਾ ਕਲੋਥਸ ਆਇਨਿੰਗ ਦਾ ਕਲੋਥਸ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਅਸੀਂ ਮਿਲਦੇ ਹਾਂ ਅਗਲੀ ਇੱਕ ਹੋਰ ਵੀਡੀਓ ਵਿੱਚ ਤਦ ਤੱਕ ਲਈ ਟੇਕ ਕੇਅਰ ਗੁੱਡ ਬਾਏ